ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ੍ਹ ਦੀ ਇੱਕ ਨਿਊਜ਼ ਬੜੀ ਫਲੈਸ਼ ਕਰ ਰਹੀ ਹੈ। ਇਟਲੀ ਦੇ ਵਿੱਚ ਇੱਕ ਫਾਰਮ ਉੱਤੇ ਕੰਮ ਕਰਦੇ ਹੋਏ ਸਤਨਾਮ ਸਿੰਘ ਨਾਮ ਦਾ ਇੱਕ ਫਾਰਮ ਲੇਬਰਰ ਸੀ, ਜਿਹਦੀ ਕਿ ਇੱਕ ਮਸ਼ੀਨ ਦੇ ਵਿੱਚ ਉਹਦੀ ਬਾਂਹ ਆ ਕੇ ਕੱਟ ਗਈ ਅਤੇ ਉਹਨੂੰ ਹੋਰ ਵੀ ਇੰਜਰੀਜ਼ ਹੋਈਆਂ ਲੱਤਾਂ ਦੇ ਉੱਤੇ ਵੀ, ਅਤੇ ਉਹਦੇ ਇੰਪਲੋਇਰ ਨੇ ਉਹਨੂੰ ਹਸਪਤਾਲ ਲਿਜਾਣ ਦੀ ਥਾਂ ਉੱਤੇ ਉਹਦੇ ਘਰ ਦੇ ਬਾਹਰ ਇੱਕ ਸੜਕ ਉੱਤੇ ਉਹਨੂੰ ਸੁੱਟ ਗਿਆ, ਅਤੇ ਨਾਲ ਹੀ ਜਿਹੜੀ ਉਹਦੀ ਕੱਟੀ ਹੋਈ ਬਾਂਹ ਸੀ ਉਹਨੂੰ ਵੀ ਕ੍ਰੇਟ ਦੇ ਵਿੱਚ ਪਾ ਕੇ ਨਾਲ ਹੀ ਸੁੱਟ ਗਿਆ, ਜਿੱਦਾਂ ਕਿ ਕੋਈ ਗਾਜਰ ਮੂਲੀ ਨੂੰ ਸੁੱਟਿਆ ਜਾਂਦਾ। ਉਹਦੀ ਇਹ ਕਰੂਰਤਾ ਭਰੀ ਹਰਕਤ ਬੜੀ ਨਮੋਸ਼ੀ ਦਾ ਕਾਰਨ ਬਣਦੀ ਪਈ ਹੈ, ਇਟਾਲੀਅਨ ਮੀਡੀਆ ਦੇ ਵਿੱਚ ਵੀ ਅਤੇ ਇਟਾਲੀਅਨ ਲੋਕਾਂ ਦੇ ਵਿੱਚ ਵੀ। ਸਤਨਾਮ ਸਿੰਘ ਦੀ ਘਰਵਾਲੀ ਨੇ ਉਸ ਇੰਪਲੋਇਰ ਐਂਟੋਨੈਲੋ ਲੋਵੋਟੋ ਨੂੰ ਬਹੁਤ ਜ਼ਿਆਦਾ ਗੁਹਾਰ ਲਾਈ ਕਿ ਉਹਦੇ ਘਰ ਨੂੰ ਉਹ ਹਸਪਤਾਲ ਲਿਜਾਵੇ, ਬਜਾਏ ਕਿ ਉਹਨੂੰ ਉਹ ਹਸਪਤਾਲ ਲਿਜਾਂਦਾ ਉਹ ਉਹਨੂੰ ਉੱਥੇ ਹੀ ਛੱਡ ਕੇ ਭੱਜ ਗਿਆ। ਜਿਸ ਤੋਂ ਬਾਅਦ ਸਤਨਾਮ ਸਿੰਘ ਦੀ ਘਰਵਾਲੀ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਸਤਨਾਮ ਸਿੰਘ ਨੂੰ ਏਅਰ ਐਂਬੂਲੈਂਸ ਦੇ ਥਰੂ ਹਸਪਤਾਲ ਲਿਜਾਂਦਾ ਗਿਆ, ਬਟ ਸਤਨਾਮ ਸਿੰਘ ਦਾ ਇੰਨਾ ਜ਼ਿਆਦਾ ਲਹੂ ਵਗ ਚੁੱਕਾ ਸੀ ਕਿ ਉਹਦੀ ਉੱਥੇ ਜਾਂਦੇ ਸਾਰ ਹੀ ਮੌਤ ਹੋ ਗਈ। ਸਤਨਾਮ ਸਿੰਘ ਇਟਲੀ 2 ਸਾਲ ਪਹਿਲਾਂ ਹੀ ਆਇਆ ਸੀ ਜਰਮਨੀ ਤੋਂ ਇੱਕ ਉਜਵਲ ਭਵਿੱਖ ਵਾਸਤੇ ਅਤੇ 4 ਪੈਸੇ ਕਮਾਉਣ ਵਾਸਤੇ, ਰੋਜ਼ੀ ਰੋਟੀ ਕਮਾਉਣ ਵਾਸਤੇ। ਫਾਰਮ ਉੱਤੇ ਕੰਮ ਕਰਦੇ ਹਨ 5 ਯੂਰੋ ਦੇ ਨੇੜੇ ਤੇੜੇ ਪੈਸੇ ਮਿਲਦੇ ਸੀ। ਉੱਥੇ ਦੇ ਟ੍ਰੇਡ ਯੂਨੀਅਨਿਸਟ ਲੌਰਾ ਹਰਦੀਪ ਕੌਰ, ਜੋ ਕਿ ਇੱਕ ਬਹੁਤ ਹੀ ਤਕੜੀ ਟ੍ਰੇਡ ਯੂਨੀਅਨ ਦੇ ਲੀਡਰ ਨੇ, ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਟਲੀ ਦੇ ਫਾਰਮਸ ਉੱਤੇ ਬਹੁਤ ਜ਼ਿਆਦਾ ਸਲੇਵਰੀ ਕਰਵਾਈ ਜਾਂਦੀ ਹੈ ਅਤੇ ਬਹੁਤ ਘੱਟ ਪੈਸੇ ਪੇ ਕੀਤੇ ਜਾਂਦੇ ਨੇ, ਅਤੇ ਇਹ ਮੁੱਦਾ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਪਿਛਲੇ ਕਿੰਨੇ ਸਾਲਾਂ ਤੋਂ। ਇਹਦੇ ਬਾਰੇ ਵਾਰ ਵਾਰ ਸ਼ਿਕਾਇਤ ਕਰਨ ਉੱਤੇ ਵੀ ਕੋਈ ਖਾਸ ਕਦਮ ਨਹੀਂ ਚੁੱਕੇ ਜਾ ਰਹੇ। ਪਿਛਲੇ 5 ਸਾਲਾਂ ਦੇ ਵਿੱਚ 2000 ਤੋਂ ਵੱਧ ਕੇਸਿਸ ਨੇ ਇਹੋ ਜਿਹੇ ਛੋਟੇ ਮੋਟੇ ਜਾਂ ਵੱਡੇ ਇੰਸੀਡੈਂਟਸ ਦੇ ਜੋ ਕਿ ਫਾਰਮਸ ਉੱਤੇ ਹੋਏ ਨੇ, ਅਤੇ ਬਹੁਤ ਹੀ ਵੱਡਾ ਮਾਫੀਆ ਹੈ ਜੋ ਕਿ ਫਾਰਮ ਉੱਤੇ ਬੜੀ ਚੀਪ ਲੇਬਰ ਭੇਜਦਾ ਅਤੇ ਖਾਸ ਕਰ ਉਹ ਮਾਈਗ੍ਰੈਂਟ ਲੇਬਰਸ ਨੂੰ ਭੇਜਦਾ ਜਿਨ੍ਹਾਂ ਨੂੰ ਉੱਥੇ ਦੀ ਬੋਲੀ ਵੀ ਨਹੀਂ ਸਮਝ ਆਉਂਦੀ ਅਤੇ ਉੱਥੇ ਦੇ ਕਾਨੂੰਨਾਂ ਬਾਰੇ ਪ੍ਰੋਪਰ ਜਾਣਕਾਰੀ ਨਹੀਂ ਹੈ, ਜੋ ਆਪਣੇ ਹੱਕ ਵੀ ਨਹੀਂ ਮੰਗ ਸਕਦੇ, ਅਤੇ ਕਈ ਵਾਰੀ ਇਹ ਮੋਸਟਲੀ ਵਿਦਆਊਟ ਵੀਜ਼ਾ ਆਏ ਹੁੰਦੇ ਨੇ ਜਾਂ ਇਲੀਗਲ ਇਮੀਗ੍ਰੈਂਟਸ ਹੁੰਦੇ। ਇਟਲੀ ਦੀ ਲੇਬਰ ਮਿਨਿਸਟਰ ਨੇ ਵੀ ਇਸ ਬਾਰੇ ਆਪਣਾ ਬਿਆਨ ਦਿੱਤਾ ਹੈ ਅਤੇ ਇਸ ਘਟਨਾ ਦੀ ਬਹੁਤ ਹੀ ਕੜੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਬਹੁਤ ਸਾਰੇ ਹੋਰ ਸਟੈਪ ਚੱਕਣਗੇ ਤਾਂ ਕਿ ਫਾਰਮਸ ਉੱਤੇ ਜੋ ਇਹ ਮਾਡਰਨ ਡੇ ਸਲੇਵਰੀ ਹੁੰਦੀ ਪਈ ਹੈ ਇਹਨੂੰ ਰੋਕਿਆ ਜਾ ਸਕੇ। ਇਟਲੀ ਦੇ ਵਿੱਚ ਫਾਰਮ ਲੇਬਰਸ ਦੀ ਜੋ ਇਹ ਮੌਜੂਦਾ ਹਾਲਾਤ ਨੇ, ਇਹ ਬੜੇ ਚਿਰ ਤੋਂ ਹੀ ਚਰਚਾ ਦਾ ਵਿਸ਼ੇ ਬਣੇ ਹੋਏ ਨੇ। ਉਹਨਾਂ ਨੂੰ ਬਹੁਤ ਹੀ ਭੈੜੇ ਹਾਲਾਤਾਂ ਵਿੱਚ ਰੱਖਿਆ ਜਾਂਦਾ, ਬਹੁਤ ਘੱਟ ਪੈਸੇ ਦਿੱਤੇ ਜਾਂਦੇ ਨੇ ਅਤੇ ਕਰੂਰਤਾ ਪਲੱਸ ਰੂਪ ਵੀ ਕੀਤਾ ਜਾਂਦਾ, ਜਿੱਦਾਂ ਕਿ ਹੁਣ ਅਸੀਂ ਦੇਖਿਆ ਕਿ ਸਤਨਾਮ ਸਿੰਘ ਦੇ ਕੇਸ ਦੇ ਵਿੱਚ 31 ਸਾਲਾ ਨੌਜਵਾਨ ਜੋ ਇਟਲੀ ਦੇ ਵਿੱਚ ਚੰਗੇ ਭਵਿੱਖ ਦੀ ਆਸ ਵਿੱਚ ਆਇਆ ਸੀ ਨੇ ਆਪਣੀ ਜਾਨ ਗਵਾ ਲਈ ਸਿਰਫ ਇੱਕ ਲਾਪਰਵਾਹੀ ਕਰਕੇ, ਜੋ ਕਿ ਉਹਦੇ ਇੰਪਲੋਇਰ ਨੇ, ਸ਼ਾਇਦ ਹੋ ਸਕਦਾ ਕਿ ਉਹਨੂੰ ਪ੍ਰੋਪਰ ਟ੍ਰੇਨਿੰਗ ਵੀ ਨਾ ਦਿੱਤੀ ਹੋਵੇ। ਇਹੋ ਜਿਹੇ ਇੰਸੀਡੈਂਟਸ ਨੂੰ ਰੋਕਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਜੋ ਵੀ ਲੇਬਰਰਸ ਇਹਨਾਂ ਕੰਟਰੀਜ਼ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਹੋ ਜਿਹੇ ਇੰਸੀਡੈਂਟਸ ਦਿਨ ਪਰ ਦਿਨ ਵੱਧਦੇ ਜਾ ਰਹੇ ਨੇ, ਇਹਦੇ ਵਿੱਚ ਸਰਕਾਰ ਵੀ ਕਿਸੇ ਹੱਦ ਤੱਕ ਹੀ ਕਦਮ ਚੁੱਕ ਸਕਦੀ ਹੈ, ਕਿਉਂਕਿ ਜਦੋਂ ਇਲੀਗਲ ਇਮੀਗ੍ਰੈਂਟਸ ਕੰਟਰੀ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਨੂੰ ਮਜਬੂਰ ਹੋਣਾ ਪੈ ਜਾਂਦਾ ਹੈ ਕਿਤੇ ਵੀ ਕੰਮ ਕਰਨ ਵਾਸਤੇ ਅਤੇ ਕਿਸੇ ਵੀ ਹਾਲਾਤ ਦੇ ਵਿੱਚ ਕੰਮ ਕਰਨ ਵਾਸਤੇ। ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਇਲੀਗਲੀ ਆਉਂਦੇ ਤਾਂ ਸਾਨੂੰ ਵੀ ਸੋਚ ਸਮਝ ਕੇ ਆਉਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦੇ ਜੋ ਹਾਲਾਤ ਨੇ ਬਹੁਤ ਹੀ ਮਾੜੇ ਨੇ, ਹਰ ਕੰਟਰੀ ਦੇ ਵਿੱਚ ਮਾੜੇ ਤੋਂ ਮਾੜੇ ਹਾਲਾਤ ਬਣਦੇ ਪਏ ਨੇ। ਚੰਗੇ ਭਵਿੱਖ ਦੀ ਆਸ ਦੇ ਵਿੱਚ ਆਪਣੀ ਜਾਨ ਗਵਾ ਦੇਣਾ ਜਾਂ ਆਪਣੇ ਹੱਥ ਪੈਰ ਗਵਾ ਦੇਣਾ ਕਦੇ ਵੀ ਇੱਕ ਨਫੇ ਦਾ ਸੌਦਾ ਨਹੀਂ ਹੋ ਸਕਦਾ। ਇਸ ਘਟਨਾ ਨੇ ਸਾਰਿਆਂ ਦਾ ਹਿਰਦਾ ਵਲੂੰਦਰਿਆ ਅਤੇ ਮੈਂ ਗੁਰੂ ਮਹਾਰਾਜ ਨੂੰ ਅਰਦਾਸ ਕਰਦਾ ਕਿ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਅਤੇ ਜੋ ਉਹਦੀ ਘਰਵਾਲੀ ਹੈ ਉਹਦੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਸਾਡੇ ਪੰਜਾਬੀ ਕਮਿਊਨਿਟੀ ਵੱਲੋਂ ਇਟਲੀ ਦੇ ਵਿੱਚ ਅਤੇ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਅਤੇ ਕੀਤੀ ਜਾਵੇ। ਬਾਕੀ ਇਸ ਕੇਸ ਬਾਰੇ ਜਿੱਦਾਂ ਹੀ ਕੋਈ ਹੋਰ ਜਾਣਕਾਰੀ ਆਉਂਦੀ ਹੈ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।